ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕੈਬਨਿਟ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ, ਅਹਿਮ ਫੈਸਲਿਆਂ ਤੋਂ ਬਾਅਦ ਜਿਹੜੇ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚੋਂ ਸਾਡੇ ਐਮ ਐਲ ਏ ਨੇ ਡਾਕਟਰ ਰਾਜ ਕੁਮਾਰ ਵੇਰਕਾ ਜੀ, ਡਾਕਟਰ ਰਾਜ ਕੁਮਾਰ ਵੇਰਕਾ ਜੀ ਨਾਲ ਗੱਲ ਕਰਦੇ ਹਾਂ, ਜਿਹੜੇ ਅਹਿਮ ਫੈਸਲੇ ਲਏ ਗਏ ਨੇ ਉਹਨਾਂ ਦੇ ਬਾਰੇ ਕੀ ਕਹਿ? ਦੇਖੋ, ਇਹ ਲੋਕਾਂ ਦੀ ਅਦਾਲਤ ਦੇ ਵਿੱਚ ਜਾ ਕੇ ਅਸੀਂ ਲੋਕਾਂ ਕੋਲ ਵੋਟ ਮੰਗਿਆ ਔਰ ਲੋਕਾਂ ਦੀ ਕਸੌਟੀ 'ਤੇ ਸਰਕਾਰ ਖਰੀ ਉਤਰ ਰਹੀ ਹੈ ਔਰ ਜਿੰਨੇ ਵੀ ਵਾਅਦੇ ਕੀਤੇ ਹੈ, ਜਿੰਨੀਆਂ ਵੀ ਗੱਲਾਂ ਕਹੀਆਂ, ਅਸੀਂ ਉਹਦਾ ਐਕਸ਼ਨ ਸਟਾਰਟ ਕਰ ਦਿੱਤਾ। ਔਰ ਕਿਉਂਕਿ ਪੰਜਾਬ ਦਾ ਪਹਿਲੇ ਬਹੁਤ ਨੁਕਸਾਨ ਹੋ ਚੁੱਕਿਆ ਹੈ, ਪੰਜਾਬ ਦੀਆਂ ਜਿਹੜੀ ਤਰੱਕੀ ਦੀਆਂ ਰਫਤਾਰ ਸੀ ਉਹ ਗੱਡੀ ਲੀਆਂ ਤੋਂ ਉਤਰੀ ਪਈ ਸੀਗੀ। ਅੱਜ ਦੁਬਾਰਾ ਤੋਂ ਸਾਡੀਆਂ ਜਿਹੜੀ ਸਰਕਾਰ ਨੇ ਫੈਸਲੇ ਲਏ ਹੈ, ਇਹ ਲੋਕ ਪੂਰੇ ਪੰਜਾਬ ਨਹੀਂ ਪੂਰਾ ਦੇਸ਼ ਉਹਦੀ ਤਾਰੀਫ ਕਰ ਰਿਹਾ ਕਿ ਇਹ ਬਹੁਤ ਚੰਗੇ ਫੈਸਲੇ ਹੈ। ਔਰ ਜਿੱਥੋਂ ਤੱਕ ਸਾਡਾ ਸਵਾਲ ਹੈ, ਡਰੱਗ ਨੂੰ ਖਤਮ ਕਰਨਾ ਹੈ, ਅਸੀਂ ਕਰਪਸ਼ਨ ਨੂੰ ਖਤਮ ਕਰਨਾ ਹੈ ਔਰ ਉੱਥੇ ਅਸੀਂ ਲੋਕਪਾਲ ਦਾ ਜਿਹੜਾ ਗਠਨ ਕਰ ਰਹੇ ਹਾਂ, ਉੱਥੇ ਇਹ ਲੋਕਪਾਲ ਅੰਨਾ ਹਜ਼ਾਰੇ ਜੀ ਤੋਂ ਵੀ ਉਮੀਦਾਂ ਤੋਂ ਜ਼ਿਆਦਾ ਬੈਟਰ ਲੋਕਪਾਲ ਜਿਹੜਾ ਉਹ ਬਣੇਗਾ। ਲੋਕ ਮਹਿਸੂਸ ਕਰਨਗੇ ਕਿ ਇਹ ਲੋਕਪਾਲ ਲੋਕਾਂ ਦਾ ਲੋਕਪਾਲ ਹੈ, ਇਹ ਸਰਕਾਰ ਲੋਕਾਂ ਦੀ ਸਰਕਾਰ ਹੈ ਔਰ ਇਹ ਸਰਕਾਰ ਕੈਪਟਨ ਅਮਰਿੰਦਰ ਦੀ ਸਰਕਾਰ ਲੋਕਾਂ ਦੇ ਕੰਮਾਂ ਲਈ ਐਕਸ਼ਨ 'ਚ ਸਟਾਰਟ ਕਰ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਹਵਾ ਉੱਡ ਗਈ ਕਿ ਆਮ ਆਦਮੀ ਪਾਰਟੀ ਤੋਂ ਪ੍ਰੇਰਿਤ ਹੋ ਕੇ ਕਾਂਗਰਸ ਨੇ ਜਿਹੜੇ ਇਹ ਫੈਸਲੇ ਲਏ ਗਏ ਨੇ, ਕੀ ਕਹਿਣਾ ਚਾਹੋ? ਦੇਖੋ, ਮੈਂ ਆਮ ਆਦਮੀ ਪਾਰਟੀ ਦੇ ਕੋਲ ਪ੍ਰੇਰਿਤ ਹੋਵਾਂਗਾ? ਆਮ ਆਦਮੀ ਪਾਰਟੀ ਅੱਤਵਾਦੀ ਸੰਗਠਨਾਂ ਦੇ ਕੋਲੋਂ ਮਦਦ ਲੈ ਰਹੀ ਹੈ, ਮੈਂ ਉਹਦੇ ਤੋਂ ਕਿਉਂ ਪ੍ਰੇਰਿਤ ਹੋਵਾਂਗਾ? ਆਮ ਆਦਮੀ ਪਾਰਟੀ ਦੇ ਹੁਣੇ ਹੀ ਇੱਕ ਦਿੱਲੀ ਦੇ ਅੰਦਰ ਅੱਜ ਹੀ ਇੱਕ ਲੀਡਰ ਪਕੜੇ ਗਏ, ਉਹਨਾਂ ਦੇ ਕੋਲੋਂ ਅਸਲਾ ਫੜਿਆ ਗਿਆ, 25 ਲੱਖ ਰੁਪਈਆ ਫੜਿਆ ਗਿਆ ਔਰ ਉਹਨਾਂ ਕੋਲ ਰਿਕਵਰੀ ਹੋ ਰਹੀ ਹੈ। ਔਰ ਇੱਥੇ ਹੀ ਬਸ ਨਹੀਂ, ਅਜੇ ਤੱਕ ਵੀ ਕਲੀਨ ਚਿੱਟ ਜਿਹੜੀ ਹੈ ਉਹ ਮਲੇਰਕੋਟਲਾ ਬੇਅਦਬੀ ਮਾਮਲੇ ਦੇ ਵਿੱਚ ਉਹਨਾਂ ਦਾ ਐਮ ਐਲ ਏ ਫਸਿਆ ਪਿਆ ਔਰ ਉਹਨਾਂ ਦਾ ਜਿਹੜਾ ਹੈਗਾ ਉਹ ਅੱਤਵਾਦੀ ਸੰਗਠਨਾਂ ਦੇ ਨਾਲ ਉਹਨਾਂ ਦਾ ਸੰਬੰਧ ਹੈ। ਔਰ ਦੂਸਰੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਜਿੱਥੇ ਕੇਜਰੀਵਾਲ ਸਾਹਿਬ ਜਦੋਂ ਪੰਜਾਬ 'ਚ ਆਏ, ਮੋਗਾ ਦੇ ਵਿੱਚ ਜਿੱਥੇ ਠਹਿਰੇ ਸੀਗੇ ਇਸ ਘਰ ਦੇ ਵਿੱਚ, ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਦਾ ਘਰ ਸੀ, ਇਹ ਕਿੱਦਾਂ ਛੁਪਾ ਸਕਦੇ ਇਸ ਗੱਲ ਨੂੰ? ਲੇਕਿਨ ਇਹ ਮੈਂ ਕਹਿਣਾ ਚਾਹੁੰਦਾ, ਸਾਨੂੰ ਉਹਨਾਂ ਦੀ ਨਕਲ ਕਰਨ ਦੀ ਲੋੜ ਨਹੀਂ, ਉਹਨਾਂ ਦੀ ਨਕਲ ਦੇਸ਼ ਦਾ ਪੱਠਾ ਬਿਠਾਉਣ ਵਾਲੀ ਨਕਲ ਹੋਏਗੀ, ਅਸੀਂ ਉਹਨਾਂ ਦੀ ਨਕਲ ਨਹੀਂ। ਪੰਜਾਬ ਨੂੰ ਤਗੜਿਆਂ ਕਰਕੇ, ਪੰਜਾਬ ਦੇ ਨੌਜਵਾਨ ਨੌਕਰੀਆਂ ਵਾਸਤੇ ਔਰ ਪੰਜਾਬ ਨੂੰ ਪੂਰੀ ਤਰ੍ਹਾਂ ਰਫਤਾਰ ਤੇਜ਼ ਕਰਨ ਵਾਸਤੇ ਅਸੀਂ ਲੋਕਾਂ 'ਚ ਜਾ ਰਹੇ ਹਾਂ। ਹੁਣ ਤੁਹਾਡੀ ਸਰਕਾਰ ਬਣ ਗਈ ਹੈ, ਜਿਹੜੇ ਇਹੋ ਜਿਹੇ ਮਸਲੇ ਸਾਹਮਣੇ ਆਏ ਸੀਗੇ ਚੋਣਾਂ ਦੇ ਦੌਰਾਨ ਕਿ ਅੱਤਵਾਦੀਆਂ ਦੇ ਨਾਲ ਸੰਬੰਧ ਹੋਣ ਦੇ ਉਹਨਾਂ ਦੀ ਕੋਠੀ ਦੇ ਵਿੱਚ, ਕੀ ਕਾਰਵਾਈਆਂ ਹੋਣਗੀਆਂ ਉਹਨਾਂ ਦੇ ਉੱਤੇ? ਬਿਲਕੁਲ ਕਾਰਵਾਈਆਂ ਹੋਣਗੀਆਂ, ਜਾਂਚ ਹੋਏਗੀ, ਕੋਈ ਵੀ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ਼ ਕਾਰਵਾਈ ਜ਼ਰੂਰ ਹੋਏਗੀ। ਜਨਮਦਿਨ ਦੀਆਂ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਅੱਜ ਤੁਹਾਡਾ ਜਨਮਦਿਨ ਹੈ, ਕੀ ਕਹਿਣਾ ਚਾਹੋਗੇ ਆਪਣੇ ਜਿਹੜੇ ਤੁਹਾਡੇ ਵੋਟਰ ਸਪੋਰਟਰ ਨੇ? ਮੈਂ ਤਾਂ ਜਿੰਨਾ ਪਿਆਰ ਮੇਰੇ ਇਲਾਕੇ ਦੇ ਲੋਕ ਦੇ ਰਹੇ ਆ, ਸ਼ਹਿਰ ਦੇ ਲੋਕ ਦੇ ਰਹੇ ਆ, ਮੈਂ ਸ਼ਾਇਦ ਉਹਨਾਂ ਪਿਆਰ ਮੋੜਨ ਦੀ ਔਕਾਤ ਨਹੀਂ ਰੱਖਦਾ, ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਕਿ ਭਾਈ ਤੁਹਾਡਾ ਇੱਕ ਇੱਕ ਅਹਿਸਾਨ ਦਾ ਬਦਲਾ ਮੈਂ ਆਪਣਾ ਮਿਹਨਤ ਕਰਕੇ ਜ਼ਰੂਰ ਲਾਵਾਂਗਾ, ਕਿਉਂਕਿ ਜਿੰਨੀਆਂ ਇਹਨਾਂ ਨੇ ਪਿਆਰ ਦਿਖਾਇਆ ਉਨਾ ਹੀ ਮੇਰੇ ਉੱਪਰ ਅਹਿਸਾਨ ਹੈ ਔਰ ਉਨਾ ਹੀ ਮੇਰੇ ਉੱਪਰ ਬੋਝ ਹੈ। ਇਸ ਗੱਲ ਦਾ ਉੱਪਰ ਮੈਂ ਜ਼ਿੰਮੇਵਾਰੀ ਦਾ ਅਹਿਸਾਸ ਕਰ ਰਿਹਾ ਅੱਜ ਕਿ ਮੇਰੀ ਜ਼ਿੰਮੇਵਾਰੀਆਂ ਵੱਧ ਗਈਆਂ ਔਰ ਆਪਣੀ ਜ਼ਿੰਮੇਵਾਰੀਆਂ ਦੀ ਡਿਊਟੀ ਮੈਂ ਖਰੇ ਉਤਰਨਾ, ਉਹਦੇ ਵਾਸਤੇ ਮੈਂ ਸੋਚ ਰਿਹਾ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਡਾਕਟਰ ਰਾਜ ਕੁਮਾਰ ਵੇਰਕਾ ਜੀ, ਜੋ ਕਿ ਹਲਕਾ ਪੱਛਮੀ ਤੋਂ ਵਿਧਾਇਕ ਨੇ ਅਤੇ ਸਰਕਾਰ ਦੇ ਵਿੱਚ ਇਹ ਅਹਿਮ ਰੋਲ ਅਦਾ ਕਰਨਗੇ। ਕੈਮਰਾਮੈਨ ਸੋਨੂ ਸੋਢੀ ਦੇ ਨਾਲ ਵਿਕਰਮ ਗਿੱਲ, ਖਬਰ ਹਰਪਲ ਇੰਡੀਆ, ਅੰਮ੍ਰਿਤਸਰ।